ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਜੇਕਰ ਤੁਹਾਡੀ ਜ਼ਿੰਦਗੀ ਦਾ ਅੱਜ ਦਾ ਦਿਨ ਲਾਸਟ ਦਿਨ ਹੋਵੇ ਤਾਂ ਕੀ ਤੁਸੀਂ ਉਹ ਕੰਮ ਕਰਨਾ ਪਸੰਦ ਕਰੋਗੇ ਜੋ ਤੁਸੀਂ ਅੱਜ ਕਰਨਾ ਸੀ? ਜੇਕਰ ਤੁਸੀਂ ਹਰ ਰੋਜ਼ ਇੱਦਾਂ ਹੀ ਸੋਚਦੇ ਹੋ ਅਤੇ ਹਰ ਵਾਰ ਤੁਹਾਡੇ ਕੋਲ ਨਾ ਅਤੇ ਨਹੀਂ ਵਿੱਚ ਆਂਸਰ ਆਉਂਦਾ ਹੈ ਤਾਂ ਤੁਹਾਨੂੰ ਕੁਝ ਬਦਲਣ ਦੀ ਲੋੜ ਹੈ, ਕੁਝ ਵੱਖਰਾ ਕਰਨ ਦੀ ਲੋੜ ਹੈ, ਕਿਉਂਕਿ ਹਾਲੇ ਤੱਕ ਅਸੀਂ ਟਾਈਮ ਹੀ ਬਰਬਾਦ ਕਰ ਰਹੇ ਹਾਂ। ਕਿਉਂਕਿ ਮੌਤ ਦੇ ਡਰ ਤੋਂ ਹਰ ਇੱਕ ਉਮੀਦ ਅਤੇ ਅਸਫਲ ਹੋਣ ਦਾ ਡਰ ਸਭ ਕੁਝ ਖਤਮ ਹੋ ਜਾਂਦਾ ਹੈ ਅਤੇ ਸਿਰਫ ਉਹੀ ਚੀਜ਼ ਯਾਦ ਆਉਂਦੀ ਆ ਜੋ ਅਸੀਂ ਆਪਣੀ ਜ਼ਿੰਦਗੀ ਵਿੱਚ ਨਹੀਂ ਕਰ ਸਕੇ। ਅਤੇ ਇਹ ਕਹਿਣਾ ਹੈ ਐਪਲ ਕੰਪਨੀ ਦੇ ਕੋ ਫਾਊਂਡਰ ਸਟੀਵ ਜੌਬਸ ਦਾ, ਅਤੇ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਹਰ ਇੱਕ ਦਿਨ ਲਾਸਟ ਦਿਨ ਸਮਝ ਕੇ ਵਰਤੋ ਅਤੇ ਇਹ ਸੋਚਣ ਤੋਂ ਬਾਅਦ ਤੁਸੀਂ ਸਮਾਂ ਵੇਸਟ ਕਰਨਾ ਬਿਲਕੁਲ ਬੰਦ ਕਰ ਦੇਵੋਗੇ ਅਤੇ ਸਫਲਤਾ ਦੇ ਨੇੜੇ ਬਹੁਤ ਜਲਦੀ ਪਹੁੰਚ ਜਾਵੋਗੇ, ਕਿਉਂਕਿ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਜ਼ਿੰਦਗੀ ਬਹੁਤ ਛੋਟੀ ਹੈ। ਸੋ ਹੁਣ ਗੱਲ ਕਰਾਂਗੇ ਸਟੀਵ ਜੌਬਸ ਦੇ ਸੰਘਰਸ਼ ਭਰੇ ਜੀਵਨ ਦੀ, ਜਿਸ ਇਨਸਾਨ ਨੇ ਇੱਕ ਮਿਡਲ ਕਲਾਸ ਫੈਮਿਲੀ ਤੋਂ ਨਿਕਲ ਕੇ ਅੱਜ ਇੱਕ ਅਜਿਹੀ ਐਪਲ ਨਾਂ ਦੀ ਕੰਪਨੀ ਬਣਾ ਦਿੱਤੀ ਜਿਸ ਦੇ ਪ੍ਰੋਡਕਟ ਨੂੰ ਖਰੀਦਣਾ ਬਹੁਤ ਸਾਰੇ ਲੋਕਾਂ ਦਾ ਸਪਨਾ ਹੁੰਦਾ ਹੈ। ਸਟੀਵ ਜੌਬਸ ਦਾ ਜਨਮ 24 ਫਰਵਰੀ 1955 ਨੂੰ ਕੈਲੀਫੋਰਨੀਆ ਵਿੱਚ ਹੋਇਆ ਸੀ ਅਤੇ ਸਟੀਵ ਦੀ ਮਾਂ ਨੇ ਕਾਲਜ ਦੇ ਦਿਨਾਂ ਵਿੱਚ ਹੀ ਸਟੀਵ ਨੂੰ ਜਨਮ ਦੇ ਦਿੱਤਾ ਸੀ, ਜਦਕਿ ਉਹਨਾਂ ਦੀ ਮੈਰਿਜ ਵੀ ਨਹੀਂ ਹੋਈ ਸੀ ਅਤੇ ਇਸ ਕਾਰਨ ਉਹ ਸਟੀਵ ਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦੇ ਸੀ। ਅਤੇ ਫਿਰ ਉਹਨਾਂ ਨੇ ਸਟੀਵ ਨੂੰ ਗੋਦ ਦੇਣ ਦਾ ਫੈਸਲਾ ਕੀਤਾ ਅਤੇ ਫਿਰ ਸਟੀਵ ਜੌਬਸ ਨੂੰ ਕੈਲੀਫੋਰਨੀਆ ਵਿੱਚ ਰਹਿਣ ਵਾਲੇ ਪਾਲ ਅਤੇ ਕਾਲਰਾ ਜੌਬਸ ਨੇ ਗੋਦ ਲਿਆ ਅਤੇ ਉਹ ਦੋਨੋਂ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਸੀ ਅਤੇ ਉਹਨਾਂ ਕੋਲ ਜ਼ਿਆਦਾ ਪੈਸੇ ਵੀ ਨਹੀਂ ਸੀ, ਪਰ ਫਿਰ ਵੀ ਉਹ ਸਟੀਵ ਦੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰਦੇ ਸੀ ਅਤੇ ਫਿਰ ਵੀ ਉਹਨਾਂ ਨੇ ਸਟੀਵ ਨੂੰ ਇੱਕ ਚੰਗੇ ਸਕੂਲ ਦੇ ਵਿੱਚ ਪੜ੍ਹਾਇਆ ਅਤੇ ਫਿਰ ਸੰਨ 1972 ਵਿੱਚ ਉਹਨਾਂ ਨੇ ਆਪਣੀ ਅੱਗੇ ਦੀ ਪੜ੍ਹਾਈ ਲਈ ਓਰੇਗਨ ਦੇ ਰੀਡ ਕਾਲਜ ਵਿੱਚ ਦਾਖਲਾ ਲੈ ਲਿਆ ਜੋ ਕਿ ਉੱਥੋਂ ਦੀ ਸਭ ਤੋਂ ਮਹਿੰਗੀ ਕਾਲਜ ਸੀ ਅਤੇ ਜਿਹਦੇ ਕਾਰਨ ਉਹਨਾਂ ਦੇ ਮਾਤਾ ਪਿਤਾ ਬਹੁਤ ਸਾਰੀ ਮਿਹਨਤ ਕਰਨ ਤੋਂ ਬਾਅਦ ਵੀ ਸਟੀਵ ਦੀ ਫੀਸ ਨਹੀਂ ਭਰ ਪਾਉਂਦੇ ਸੀ ਅਤੇ ਇਹ ਸਭ ਦੇਖਣ ਤੋਂ ਬਾਅਦ ਸਟੀਵ ਨੇ ਆਪਣੀ ਫੀਸ ਭਰ ਲਈ ਵੀਕਐਂਡ 'ਤੇ ਕੋਲਡ ਡਰਿੰਕ ਵੇਚਣੇ ਸ਼ੁਰੂ ਕਰ ਦਿੱਤੇ ਅਤੇ ਫਿਰ ਪੈਸੇ ਦੀ ਕਮੀ ਹੋਣ ਕਾਰਨ ਮੰਦਰ ਦੇ ਵਿੱਚ ਜਾ ਕੇ ਖਾਣਾ ਖਾਣ ਲੱਗ ਗਏ ਸੀ ਅਤੇ ਫਿਰ ਆਪਣੇ ਹੋਟਲ ਦਾ ਕਿਰਾਇਆ ਬਚਾਉਣ ਲਈ ਆਪਣੇ ਦੋਸਤਾਂ ਦੇ ਕਮਰੇ ਦੇ ਵਿੱਚ ਜ਼ਮੀਨ 'ਤੇ ਹੀ ਸੌ ਜਾਂਦੇ ਸੀ ਅਤੇ ਇੰਨਾ ਸਭ ਕੁਝ ਕਰਨ ਤੋਂ ਬਾਅਦ ਵੀ ਉਹਨਾਂ ਦੀ ਫੀਸ ਪੂਰੀ ਨਹੀਂ ਹੋ ਪਾਉਂਦੀ ਸੀ। ਸੋ ਤੁਸੀਂ ਕਦੇ ਸੋਚਿਆ ਸੀ ਕਿ ਐਸੇ ਸਮੇਂ ਤੋਂ ਨਿਕਲ ਕੇ ਵੀ ਐਪਲ ਵਰਗੀ ਕੰਪਨੀ ਬਣ ਸਕਦੀ ਆ? ਜੀ ਹਾਂ, ਐਪਲ ਤੋਂ ਹੀ ਵੱਡੀ ਬਣ ਸਕਦੀ ਆ, ਪਰ ਉਹਦੇ ਲਈ ਬਹੁਤ ਵੱਡੇ ਇਰਾਦੇ ਚਾਹੀਦੇ ਨੇ। ਅਤੇ ਫਿਰ ਉਹਨਾਂ ਨੇ ਆਪਣੇ ਮਾਤਾ ਪਿਤਾ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਕਾਲਜ ਨੂੰ ਛੱਡ ਦਿੱਤਾ ਅਤੇ ਉਹ ਤੋਂ ਬਾਅਦ ਉਹਨਾਂ ਨੇ ਆਪਣਾ ਪੂਰਾ ਸਮਾਂ ਪਹਿਲਾਂ ਤੋਂ ਸੋਚੇ ਹੋਏ ਬਿਜ਼ਨਸ 'ਤੇ ਲਗਾਉਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਸਟੀਵ ਨੇ ਆਪਣੇ ਸਕੂਲ ਦੇ ਦੋਸਤ ਨਾਲ ਮਿਲ ਕੇ ਆਪਣੇ ਪਿਤਾ ਦੇ ਛੋਟੇ ਜਿਹੇ ਗਰਾਜ ਦੇ ਵਿੱਚ ਓਪਰੇਟਿੰਗ ਸਿਸਟਮ ਮੈਕਇਨਟੋਸ਼ ਤਿਆਰ ਕੀਤਾ ਅਤੇ ਇਹ ਸੌਫਟਵੇਅਰ ਨੂੰ ਵੇਚਣ ਲਈ ਉਹ ਇੱਕ ਐਪਲ ਨਾਂ ਦਾ ਕੰਪਿਊਟਰ ਤਿਆਰ ਕਰਨਾ ਚਾਹੁੰਦੇ ਸੀ, ਪਰ ਪੈਸਿਆਂ ਦੀ ਕਮੀ ਹੋਣ ਕਾਰਨ ਉਹਨਾਂ ਦਾ ਇਹ ਕੰਮ ਅਧੂਰਾ ਸੀ ਅਤੇ ਫਿਰ ਉਹਨਾਂ ਦੀ ਇਹ ਸਮੱਸਿਆ ਉਹਨਾਂ ਦੇ ਦੋਸਤ ਮਾਈਕ ਮਰਕੁੱਲਾ ਨੇ ਦੂਰ ਕੀਤੀ ਅਤੇ ਉਹ ਤੋਂ ਬਾਅਦ ਉਹਨਾਂ ਨੇ 1976 ਵਿੱਚ ਜਦੋਂ ਉਹ 20 ਸਾਲ ਦੇ ਸੀ ਉਦੋਂ ਉਹਨਾਂ ਨੇ ਐਪਲ ਕੰਪਨੀ ਦੀ ਸ਼ੁਰੂਆਤ ਕੀਤੀ ਅਤੇ ਫਿਰ ਐਪਲ ਕੰਪਨੀ ਕੁਝ ਸਮੇਂ ਦੇ ਵਿੱਚ ਸਟੀਵ ਅਤੇ ਉਹਨਾਂ ਦੇ ਦੋਸਤਾਂ ਦੀ ਮਿਹਨਤ ਨਾਲ ਦੇਖਦੇ ਹੀ ਦੇਖਦੇ ਇੱਕ ਛੋਟੇ ਜਿਹੇ ਗਰਾਜ ਤੋਂ ਵੱਧ ਕੇ $2 ਅਰਬ ਅਤੇ 4,000 ਕਰਮਚਾਰੀਆਂ ਦੀ ਕੰਪਨੀ ਬਣ ਚੁੱਕੀ ਸੀ। ਪਰ ਸਟੀਵ ਦੀ ਇਹ ਸਫਲਤਾ ਜ਼ਿਆਦਾ ਸਮੇਂ ਤੱਕ ਨਹੀਂ ਰਹੀ ਅਤੇ ਪਾਰਟਨਰਸ ਦਾ ਉਹਨਾਂ ਨਾਲ ਝਗੜਾ ਹੋਣ ਤੋਂ ਬਾਅਦ ਉਹਨਾਂ ਦੀ ਕੰਪਨੀ ਦੀ ਮਾਰਕੀਟ ਵਿੱਚ ਡਿਮਾਂਡ ਘੱਟਦੀ ਗਈ, ਜਿਸ ਕਾਰਨ ਉਹਨਾਂ ਦੀ ਕੰਪਨੀ ਹੌਲੀ ਹੌਲੀ ਕਰਜ਼ ਦੇ ਵਿੱਚ ਡੁੱਬ ਗਈ ਅਤੇ ਉਹ ਤੋਂ ਬਾਅਦ ਉਹਨਾਂ ਦੀ ਕੰਪਨੀ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਸਟੀਵ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਹਨਾਂ ਨੂੰ ਕੰਪਨੀ ਤੋਂ ਬਾਹਰ ਕੱਢ ਦਿੱਤਾ ਗਿਆ। ਸੋ ਜਿਸ ਬੰਦੇ ਨੇ ਦਿਨ ਰਾਤ ਇੱਕ ਕਰਕੇ ਇਹ ਕੰਪਨੀ ਬਣਾਈ ਸੀ ਉਸ ਨੂੰ ਹੀ ਕੰਪਨੀ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਇਹ ਉਹਨਾਂ ਦੇ ਜੀਵਨ ਦਾ ਸਭ ਤੋਂ ਦੁਖੀ ਪਲ ਸੀ ਅਤੇ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਕੰਪਨੀ ਦੀ ਹਾਲਤ ਹੋਰ ਵੀ ਖਰਾਬ ਹੁੰਦੀ ਜਾ ਰਹੀ ਸੀ ਅਤੇ ਫਿਰ ਸਟੀਵ ਨੇ ਐਪਲ ਕੰਪਨੀ ਨੂੰ ਛੱਡਣ ਤੋਂ ਕੁਝ ਸਾਲਾਂ ਬਾਅਦ ਨੈਕਸਟਿੰਗ ਅਤੇ ਪਿਕਸਲਰ ਨਾਮ ਦੀਆਂ ਦੋ ਕੰਪਨੀਆਂ ਦੀ ਸ਼ੁਰੂਆਤ ਕੀਤੀ ਅਤੇ ਉਹ ਵੀ ਦੋਨੋਂ ਸਫਲ ਰਹੀਆਂ ਅਤੇ ਦੂਸਰੀ ਤਰਫ ਹਰ ਰੋਜ਼ ਐਪਲ ਖਤਮ ਹੁੰਦੀ ਜਾ ਰਹੀ ਸੀ ਅਤੇ ਇਹ ਦੇਖਦੇ ਹੋਏ ਕੰਪਨੀ ਦੇ ਬੋਰਡ ਆਫ ਡਾਇਰੈਕਟਰਸ ਨੇ ਸਟੀਵ ਜੌਬਸ ਦੀ ਕੰਪਨੀ ਵਿੱਚ ਵਾਪਸ ਆਉਣ ਲਈ ਬਹੁਤ ਜ਼ਿਆਦਾ ਰਿਕੁਐਸਟ ਕੀਤੀ ਅਤੇ ਫਿਰ 1996 ਵਿੱਚ ਸਟੀਵ ਨੇ ਫਿਰ ਐਪਲ ਨੂੰ ਜੁਆਇਨ ਕਰ ਲਿਆ ਅਤੇ ਆਪਣੀ ਨਵੀਂ ਬਣਾਈ ਕੰਪਨੀ ਪਿਕਸਲਰ ਨੂੰ ਵੀ ਐਪਲ ਦੇ ਨਾਲ ਜੋੜ ਦਿੱਤਾ ਅਤੇ ਹੁਣ ਸਟੀਵ ਐਪਲ ਦੇ CEO ਬਣ ਗਏ ਸੀ। ਸੋ ਹੁਣ ਗੱਲ ਧਿਆਨ ਦੇਣ ਵਾਲੀ ਆ, ਜਦੋਂ ਉਹਨਾਂ ਨੇ ਦੁਬਾਰਾ ਐਪਲ ਨੂੰ ਜੁਆਇਨ ਕੀਤਾ ਉਸ ਸਮੇਂ ਐਪਲ ਕੰਪਨੀ ਦੇ 250 ਪ੍ਰੋਡਕਟ ਚੱਲ ਰਹੇ ਸੀ ਅਤੇ ਉਹਨਾਂ ਨੇ ਸਿਰਫ ਕੁਝ ਸਮੇਂ ਬਾਅਦ ਹੀ ਐਪਲ ਦੇ ਸਿਰਫ 10 ਪ੍ਰੋਡਕਟ ਕਰ ਦਿੱਤੇ ਅਤੇ ਉਹਨਾਂ 10 ਪ੍ਰੋਡਕਟਾਂ 'ਤੇ ਹੀ ਚੰਗੀ ਤਰ੍ਹਾਂ ਧਿਆਨ ਦੇਣਾ ਸ਼ੁਰੂ ਕੀਤਾ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਪ੍ਰੋਡਕਟ ਦੀ ਕੁਆਂਟਿਟੀ ਨਹੀਂ ਕੁਆਲਿਟੀ 'ਤੇ ਧਿਆਨ ਦੇਣਾ ਚਾਹੀਦਾ ਹੈ, ਮਤਲਬ ਕਿ ਜ਼ਿਆਦਾ ਸਮਾਨ ਬਣਾਉਣ ਦੀ ਥਾਂ ਥੋੜ੍ਹਾ ਸਮਾਨ ਹੀ ਬਣਾਓ ਪਰ ਚੰਗਾ ਬਣਾਓ। ਅਤੇ ਸੰਨ 1998 ਵਿੱਚ ਉਹਨਾਂ ਨੇ iMac ਨੂੰ ਬਾਜ਼ਾਰ ਵਿੱਚ ਲਾਂਚ ਕੀਤਾ ਅਤੇ ਉਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਅਤੇ ਉਹ ਤੋਂ ਬਾਅਦ ਐਪਲ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਉਹ ਤੋਂ ਬਾਅਦ iPad ਅਤੇ iPhone ਵੀ ਲਾਂਚ ਕੀਤੇ ਗਏ ਜਿਨ੍ਹਾਂ ਨੂੰ ਅੱਜ ਵੀ ਪਸੰਦ ਕੀਤਾ ਜਾ ਰਿਹਾ ਹੈ। ਅਤੇ ਫਿਰ 5 ਅਕਤੂਬਰ 2011 ਨੂੰ ਕੈਂਸਰ ਦੇ ਕਾਰਨ ਕੈਲੀਫੋਰਨੀਆ ਦੇ ਵਿੱਚ ਸਟੀਵ ਜੌਬਸ ਦੀ ਮੌਤ ਹੋ ਗਈ।
ਸਟੀਵ ਜੌਬਸ ਦਾ ਇਹ ਕਹਿਣਾ ਕਿ ਜਿਹੜੇ ਲੋਕ ਪਾਗਲਾਂ ਦੀ ਤਰ੍ਹਾਂ ਇਹ ਗੱਲ ਸੋਚਦੇ ਰਹਿੰਦੇ ਨੇ ਕਿ ਉਹ ਦੁਨੀਆ ਬਦਲ ਸਕਦੇ ਨੇ, ਤੇ ਸੱਚ ਵਿੱਚ ਇੱਕ ਦਿਨ ਉਹੀ ਦੁਨੀਆ ਬਦਲਦੇ ਨੇ। ਤੇ ਇਹ ਵੀਡੀਓ ਨੂੰ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਸਾਡੀ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ, ਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦੱਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ। ਤੇ ਜੇਕਰ ਤੁਸੀਂ ਇਹ ਸਭ ਕੁਝ ਕਰ ਚੁੱਕੇ ਹੋ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਤੇ ਮੋਟੀਵੇਸ਼ਨ ਦਾ ਡੋਜ਼ ਹੋਰ ਦੋਸਤਾਂ ਨੂੰ ਵੀ ਮਿਲ ਸਕੇ। ਥੈਂਕ ਯੂ, ਧੰਨਵਾਦ।